कुछ सॉन्ग्स दे लिरिक्स मैं थोड़ा दसूंगा सॉन्ग दे लिरिक्स ठीक है कई मल्टीपल मीनिंग निकलते हैं ओके गेम का नाम है कवि क्या कहता है कवि क्या कहता है तुसी दसना है कि ये गाने का मतलब तुम्हारे हिसाब से की हो रहा है चलो देसी जे गीत है ट्रैप जी बीट है सिर कट गज दे स्पीकर च वज दे ब्राउन मुंडे नहीं ब्राउन मुंडे अन्ने है क्यों वजन दे स्पीकर दस उन्होंने स्पीकर देख नहीं डे भी बाकी दुनिया कवि ने यह मेरे हिसाब ना किसी जगराते थे ते जां फिर किसी वड्डे जी इवेंट दे विच लिखिया है कि उत्थे एक लाइन चल रही है लोग दर्शन करके लंघ रहे हैं तीन ब्राउन मुंडे आए आ उन्हों का सिर वजा तो उन्हें लिखता बस के ब्राउन मुंडे कि एक दिन ना मेरी वाइफ ना जिदा फेसबुक से कोई वीडियो चलती ना उसके लिखा आया सीगा कि जड़ी कोल्ड ड्रिंक होंगी ना उहदे नाल तुसी टॉयलेट साफ करोगे ज्यादा वधिया साफ हाँ, अच्छा उहदे थल्ले मेरी वाइफ ने मैनू मेंशन कीता हाँ ते मैं यही चीज सोचन रहा कि ए मैनू कोल्ड ड्रिंक पीन तो मना करन दी है कि कैंडी के कल तो ए वरत लिया कर आ गया मैं फिफ्थ फ्लोर पे हाँ जी हाँ जी इधर पाजी तुसी वही हो ना मैं थोड़ी वीडियोस देखी ने तुसी गुरप्रीत कुकी पाजी हाँ जी हाँ जी पाजी नहीं मैं पाजी फोटो करनी है पा इन्हें दी हवा जी खराब हो जाती है जाके बस एड्डी गलबात सी की नहीं What's up people की हाल चाल तो रदर से आरजे करे थोड़े लो जी अच्छा थोड़ा मैं बहुत खास इंसान नाल मिलाना मेरे दोस्त ने बहुत जिगरे हाँ वी हैव मनप्रीत सिंह साढ़े लाइव के बच्चे ने ये मेरे बहुत जिगरी यार ने इकट्ठे पढ़ते रहे हैं सोफा जी आई एम अ सोशल इन्फ्लुएंसर तो मेरे बहुत फॉलोइंग है कलैबोरेट करना चाहूँ थोड़ी वीडियोज़ में भी काफ़ी पुश मिलूगा ठीक है मेरे फॉलोअर्स आई हैव 235 फॉलोअर्स ठीक है हाँ उन्होंने कोई जोक सुना तो भाजी कोई चुटकला हाँ श्योर हाँ जोक मैं सुनाना गला खराब है मेरा हाले बाद सुनाऊंगा तुहानू ठीक है स्टे ट्यून्ड कैंड ही बनाया ऑफिस इन्होंने हेलो ਪਾਜੀ ਆਰਜੇ ਕਰਨ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਠੀਕ ਹੈ ਬਹੁਤ ਵਧੀਆ ਪਾਜੀ ਲਾਈਕ ਮੈਂ ਤੁਹਾਡੀ ਯਾਰ ਕਾਮੇਡੀ ਨੂੰ ਬਹੁਤ ਪਸੰਦ ਹੈ ਚਲੋ ਵਧੀਆ ਵਧੀਆ ਪਸੰਦ ਤੁਸੀਂ ਚੰਡੀਗੜ੍ਹ ਸ਼ੋਅ ਕਿ ਨਹੀਂ ਕਰਦੇ ਚੰਡੀਗੜ੍ਹ ਸ਼ੋਅ ਹੁੰਦਾ ਤਾਂ ਰਹਿੰਦਾ ਅਗਲੇ ਵੀਕ ਵੀ ਤਾਂ ਹੈਗਾ ਅੱਛਾ ਹਾਂ ਹਾਂ ਓਹੋ ਮੈਂ ਤੁਹਾਨੂੰ ਮੇਨ ਗੱਲ ਦੱਸਣੀ ਸੀ ਹਾਂਜੀ ਮੇਰੀ ਨਾ ਸਹੇਲੀ ਨੂੰ ਕਾਮੇਡੀ ਬਹੁਤ ਪਸੰਦ ਹੈ ਟਿਕਟਾਂ ਹੋ ਸਕਦੀਆਂ ਨੇ ਟਿਕਟਾਂ ਹਾਂ ਕਰਾਓ ਬੁੱਕ ਕਰਾਓ ਨਹੀਂ ਨਹੀਂ ਮਤਲਬ ਫਰੀ ਪਾਸ ਵਾ ਕਿਉਂ ਖਰਚਾ ਕਰਨਾ ਯਾਰਾਂ ਦੋਸਤਾਂ ਦੇ ਸ਼ੋਅ ਚੱਲ ਰਿਹਾ ਕਿਉਂ ਸੈਲਰੀ ਸੁਲਰੀ ਮਿਲਦੀ ਨਹੀਂ ਇੱਥੇ ਤੁਹਾਨੂੰ ਨਹੀਂ ਭਾਜੀ ਐ ਤਾਂ ਪਤਾ ਕੀ ਹੈ ਜਿੱਥੇ ਜਾਓ ਮੇਰੀ ਗੱਲ ਸੁਣ ਕਰਨ ਹਨਾ ਅੱਜ ਵਾਲਾ ਸ਼ੋਅ ਆਪਾਂ ਜਿਹੜੇ ਕੰਮ ਲਈ ਮੈਨੂੰ ਬੁਲਾਇਆ ਨਾ ਉਹ ਕੰਮ ਕਰਾਓ ਇਹ ਮੰਗਤਿਆਂ ਵਾਲੇ ਕੰਮ ਨਾ ਹੋਣ ਟੀਵੀ ਸ਼ੋਅ ਸ਼ੁਰੂ ਕਰੀਏ ਆਪਾਂ ਹਾਂਜੀ ਚਲੋ ਚਲੋ ਜੀ ਫਿਰ ਭਾਜੀ ਨੂੰ ਲੈ ਕੇ ਟੀਵੀ ਸ਼ੋਅ ਆਪਣਾ ਸ਼ੁਰੂ ਕਰਦੇ ਚੱਕ ਵੀ ਸਵੇਰ ਜਾਣਾ ਕਿੱਧਰ ਨੂੰ ਉਧਰ ਨੂੰ ਜਾਣਾ ਭਾਜੀ ऑलराइट शो ਸਾਡਾ ਚੱਲ ਰਿਹਾ ਜੀ ਚੱਕਵੀ ਸਵੇਰ ਅੱਜ ਸ਼ੋਅ ਦਾ ਨਾਮ ਵੈਸੇ ਚੱਕਵੀ ਸਵੇਰ ਦੀ ਥਾਂ ਤੇ ਜਿਵੇਂ ਕਾਮਿਕ ਸਵੇਰ ਕਰਦਾ ਜ਼ਿਆਦਾ ਵਧੀਆ ਰਹੂਗਾ ਦਿਸ ਇਜ਼ ਆਰਜੇ ਕਰਨ ਤੁਹਾਡੇ ਨਾਲ ਐਂਡ ਮੇਰੇ ਨਾਲ ਹੈਗੇ ਨੇ ਮਨਪ੍ਰੀਤ ਸਿੰਘ ਜੋ ਕਿ ਬਹੁਤ ਹੀ ਕਮਾਲ ਦੇ ਕਮੇਡੀਅਨ ਨੇ ਐਂਡ YouTube ਤੇ ਤੁਸੀਂ ਇਹਨਾਂ ਦੀ ਵੀਡੀਓਜ਼ ਦੇਖਦੇ ਹੋ ਇਨ ਸ਼ਾਰਟਸ ਤੇ ਦੇਖਦੇ ਹੋ ਐਂਡ ਰੀਲਸ ਤੇ ਦੇਖਦੇ ਹੋ ਭਾਜੀ ਪਹਿਲੀ ਚੀਜ਼ ਤਾਂ ਮੈਂ ਇਹੀ ਪੁੱਛਣਾ ਚਾਹੁੰਦਾ ਕਾਮਿਕ ਸਿੰਘ ਨਾਮ ਮਤਲਬ ਇਹ ਤਾਂ ਚਲੋ ਕਾਮੇਡੀ ਨਾਲ ਹੈ ਬਟ ਫਿਰ ਵੀ ਕੋਈ ਰੀਜ਼ਨ ਸੀ ਛੋਟੇ ਹੁੰਦੇ ਤੁਸੀਂ ਲੁੱਕ ਲੁੱਕ ਕੇ ਕਾਮਿਕ ਜ਼ਿਆਦਾ ਪੜਿਆ ਕਰਦੇ ਸੀਗੇ ਨਹੀਂ ਨਹੀਂ ਇਹ ਕਾਮਿਕ ਕਾਮਿਕ ਵਾਲਾ ਕਾਮਿਕ ਨਹੀਂ ਹੈ ਇਹ ਕਾਮੇਡੀਅਨ ਦਾ ਹਾਫ ਕੱਢਿਆ ਗਿਆ ਓਕੇ ਉਹ ਆ ਤੇ ਮੈਨੂੰ ਸੀਗਾ ਕਿ ਮੇਰਾ ਨਾਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਸਿੰਘ ਵੀ ਆਵੇ ਜਿਹਦੇ ਵਿੱਚ ਮੇਰਾ ਪ੍ਰੋਫੈਸ਼ਨ ਵੀ ਆਵੇ ਜਿੱਦਾਂ ਤੁਸੀਂ ਆਰਜੇ ਲਾ ਹੀ ਦਿੰਦੇ ਆਈ ਥਿੰਕ ਤੁਹਾਡੇ ਵਿਆਹ ਦੇ ਕਾਰਡ ਤੇ ਵੀ ਆਰਜੇ ਕਰਨ ਹੀ ਲਿਖਿਆ ਸਹੀ ਗੱਲ ਹੈ ਸਹੀ ਗੱਲ ਹੈ ਸਾਡੇ ਤਾਂ ਥੱਲੇ ਉਹਦੇ ਵੀ ਲਿਖੇ ਵੀ ਕੁਛ ਇਹੋ ਜਿਹਾ ਹੋਊਗਾ ਕਿ ਆਹ ਮੁੰਡਾ ਜੀ ਗਾਣੇ ਬਹੁਤ ਸੋਹਣੇ ਸੁਣਾਉਂਦਾ ਹੈ ਕੁਛ ਇਸ ਤਰ੍ਹਾਂ ਦੀ ਚੀਜ਼ਾਂ ਮੇਰੇ ਤਾਂ ਚਲੋ ਉਹ ਤੁਹਾਨੂੰ ਉਹਦੇ ਲਈ ਕੁਛ ਮਿਹਨਤ ਹੋਰ ਕਰਨੀ ਪੈਣੀ ਹੈ ਮੇਲੇ ਤਾਤੂ ਕੀ ਛਾਦੀ ਮੇ ਜਲੂਲ ਜਲੂਲ ਆਣਾ ਗਾਣੇ ਵੀ ਵਜਾਣਾ नहीं चल दिया ਪਰ ਇਹ ਸੱਚ ਮੰਨਿਓ ਲੋਕੀ ਉਸ ਚੀਜ਼ ਨੂੰ ਨਾ ਆਪਣੇ ਉੱਤੇ ਲੈ ਗਏ ਈਗੋ ਤੇ ਲੈ ਗਏ ਆ ਕਿਸੇ ਦਿਨ ਤੈਨੂੰ ਵਿਖਾਨੇ ਕਿੰਨਾ ਕੁ ਚੌੜਾ
ਫਿਰ ਫੋਟੋ ਖਿੱਚ ਕੇ ਭੇਜ ਰਹੇ ਚੈੱਕ ਕਰ ਤੂੰ ਘੜੀ ਚੱਲਣ ਡਈ ਆ ਅੱਛਾ ਫਿਰ ਕਹਿ ਦੇਣਗੇ ਤੂੰ ਜ਼ਰੂਰੀ ਉਹ ਘੜੀ ਦੇ ਟਾਈਮ ਵੇਖਣਾ ਆਪਣੀ ਲੈ ਲਾ ਤੇ ਬਟ ਉਹ ਚੌੜਾ ਤਾਂ ਨਹੀਂ ਹੈਗਾ ਨਹੀਂ ਚੌੜਾ ਨਹੀਂ ਬਿਲਕੁਲ ਚੌੜਾ ਨਹੀਂ ਹੈਗਾ ਸੋ ਇਹ ਕੰਟੈਂਟ ਤੁਸੀਂ ਆਬਜ਼ਰਵੇਸ਼ਨ ਵਾਲਾ ਸੀ ਕਿ ਤੁਸੀਂ ਸੈਲੋ ਟੇਪ ਲੈ ਕੇ ਗਏ ਸੀ ਵੀ ਚੈੱਕ ਕਰ ਲਈ ਚੌੜਾ ਹੈ ਫਿਰ ਉਹ ਜੋਕ ਬਣਾਵਾਂਗੇ ਕਿ ਨਹੀਂ ਮੈਂ ਤਾਂ ਹੀ ਕਹਿੰਦਾ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਇਟਸ ਨਾਟ ਸੈਲੋ ਟੇਪ ਉਹ ਟੇਪ ਸਵੇਰ ਦੀ ਗੱਲ ਕਰੀਏ 11-12 ਵਜੇ ਉੱਠਦੇ ਹੋ ਫਿਰ ਉਸ ਤੋਂ ਬਾਅਦ ਕੀ ਕਰਨਾ ਪਸੰਦ ਕਰਦੇ ਹੋ ਸਭ ਤੋਂ ਪਹਿਲਾਂ ਫਿਰ ਸੋਣਾ ਪਸੰਦ ਰੋਟੀ ਖਾਣ ਤੋਂ ਬਾਅਦ ਨੀਂਦ ਆਉਂਦੀ ਹੈ ਸਪੈਸ਼ਲੀ ਅਗਰ ਤੁਸੀਂ ਪੰਜਾਬੀ ਫੈਮਿਲੀ 'ਚ ਰਹਿੰਦੇ ਹੋ ਰੋਟੀ ਖਾਣ ਤੋਂ ਬਾਅਦ ਇੱਕ ਜਿਹੜੀ ਅਲੱਗ ਤਰ੍ਹਾਂ ਦੀ ਨੀਂਦ ਆ ਨਾ ਉਹਦਾ ਮਜ਼ਾ ਹੀ ਅਲੱਗ ਸਵੇਰੇ ਜਾ ਖੁੱਲ ਜਾਂਦੀ ਵੈਸੇ ਮੇਰੀ ਟਾਈਮਲੀ ਮਤਲਬ 7 ਵਜੇ ਮੁੜ ਜਾਂਦਾ ਬਸ ਥੋੜ੍ਹਾ ਹਲਕਾ ਫੁਲਕਾ ਖਾ ਕੇ ਫਿਰ ਸੋ ਜਾਈਦਾ ਅੱਛਾ ਫਿਰ ਜਿਹੜੀ ਅਸਲੀ ਜਾਗ ਖੁੱਲਦੀ ਉਹ 10:30-11 ਵਜੇ ਪ੍ਰੋਪਰ ਤਰੀਕੇ ਨਾਲ ਉਹਦੇ ਵਿੱਚ ਉਹ ਤੋਂ ਬਾਅਦ ਉੱਠ ਕੇ ਜਿਵੇਂ ਮਤਲਬ ਜਿਵੇਂ ਹੁਣ ਤੁਸੀਂ ਹੈ ਕਮਾ ਆਪਣੇ ਤੁਹਾਡੇ ਬਹੁਤ ਵਧੀਆ ਵਧੀਆ ਜੋਕਸ ਹੁੰਦੇ ਨੇ ਠੀਕ ਹੈ ਪਟਕਦੇ ਹੁੰਦੇ ਸਵੇਰੇ ਸਵੇਰੇ ਘਰ ਦੇ ਤੁਹਾਡੇ ਨਾਲ ਕੋਈ ਮਜ਼ਾਕ ਕਰਦੇ ਨੇ ਜਿਵੇਂ ਹੁੰਦਾ ਨਾ ਵੀ ਕਿਸੇ ਚੀਜ਼ ਨੂੰ ਲੈ ਨਹੀਂ ਘਰ 'ਚ ਭਾਅ ਜੀ ਮੈਂ ਆਲਵੇਜ਼ ਦੱਸਦਾ ਘਰ 'ਚ ਮਜ਼ਾਕ ਨਹੀਂ ਹੁੰਦਾ ਘਰ 'ਚ ਸਿਰਫ ਜਲਾਲਤ ਹੁੰਦੀ ਹੈ ਘਰਦਿਆਂ ਘੁਰਦਿਆਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੁਸੀਂ ਲਾਈਫ 'ਚ ਕੀ ਕਰ ਰਹੇ ਹੋ ਕਿਹੜੇ ਚੁਟਕਲੇ ਸੁਣਾ ਰਹੇ ਹੋ ਉਹਨਾਂ ਦੀ ਆਪਣੀ ਲਾਈਫ ਹੈ ਤੁਸੀਂ ਆਪਣੇ ਘਰਦਿਆਂ ਨੂੰ ਕਹਿ ਕੇ ਦੇਖੋ ਕਿ ਮੰਮੀ ਮੈਂ ਹੁਣ ਨਾਮ ਬਦਲ ਕੇ ਸੈਕਸੀ ਕਰਨ ਰੱਖ ਲਾ ਕਰਨ ਫਿਰ ਰਿਐਕਸ਼ਨ ਦੱਸਿਓ ਨਹੀਂ ਉਹ ਤੋਂ ਬਾਅਦ ਮੈਂ ਇੱਕ ਵਾਰੀ ਇਹੀ ਜਿਹੀ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਸੀ ਉਹ ਤੋਂ ਬਾਅਦ ਘਰਦੇ ਮੈਨੂੰ ਕਹਿ ਰਹੇ ਸੀਗੇ ਕਹਿੰਦੇ ਵੀ ਐਂ ਕਰ ਬਿਸਤਰਾ ਵੀ ਲੈ ਜਾਈ ਆਪਦਾ ਗੱਡੀ ਵੀ ਚੱਕ ਲਈ ਆਪਣੀ ਤੇ ਉਹ ਤੋਂ ਬਾਅਦ ਉਹ ਕਿਤੇ ਹੋਰ ਹੀ ਰਹੀ ਕਿਉਂਕਿ ਇਹੀ ਜਿਹੀ ਚੀਜ਼ ਸਾਡੇ ਰਿਸ਼ਤੇਦਾਰੀ 'ਚ ਬਰਦਾਸ਼ਤ ਤੋਂ ਬਾਹਰ ਹੈ ਨਹੀਂ ਨਹੀਂ ਉਹਨਾਂ ਨੂੰ ਦੱਸਿਓ ਤੁਸੀਂ ਸਲਾਹ ਦਿਓ ਉਹਨਾਂ ਨੂੰ ਕੋਈ ਕਿਸੇ ਅੱਛੇ ਵਕੀਲ ਨਾਲ ਗੱਲ ਕਰਕੇ ਬੇਦਖਲੀ ਨੋਟਿਸ ਕਹਿੰਦੇ ਹਨ ਉਹ ਬਿਸਤਰਾ ਬੁਸਤਰੇ ਦੀ ਲੋੜ ਨਹੀਂ ਹੈ ਸਿੱਧਾ ਹੀ ਨੋਟਿਸ ਦੇ ਉੱਤੇ ਸਾਈਨ ਕਰਨੇ ਉਸ ਤੋਂ ਬਾਅਦ ਸੈਕਸੀ ਰੱਖੋ ਭਾਵੇਂ ਤੁਸੀਂ ਨੰਗਾ ਕਰਨ ਰੱਖੋ ਠੀਕ ਹੈ ਠੀਕ ਹੈ ਭਾਜੀ ਨੰਗੇਜ਼ਪਨ ਵਾਲਾ ਕੰਮ ਅੱਜ ਕੱਲ੍ਹ ਤਾਂ ਕੋਈ ਹੋਰ ਇੱਕ ਸੈਲੀਬ੍ਰਿਟੀ ਨੇ ਉਹਨਾਂ ਨੇ ਛੇੜ ਰੱਖਿਆ ਉਹ ਵਧੀਆ ਉਹਨਾਂ ਦੀ ਫੋਟੋਆਂ ਵਾਇਰਲ ਹੋ ਰਹੀਆਂ ਤੁਸੀਂ ਦੇਖਿਆ ਭਾਜੀ ਵਾਲਾ ਯਾਰ ਉਹ ਬੰਦਾ ਘੈਂਟ ਆ ਨਾ ਬਹੁਤ ਘੈਂਟ ਆ ਭਾਜੀ ਜਦੋਂ ਕੱਪੜੇ ਪਾਉਂਦਾ ਰਜਾਈਆਂ ਦੇ ਗਲਾਫ ਪਾ ਕੇ ਆ ਜਾਂਦਾ ਜਦੋਂ ਕੁਛ ਨੀ ਪਾਉਂਦਾ ਲੂੰਗੀ ਕੁਛ ਵੀ ਨੀ ਪਾਉਂਦਾ ਤੂੰ ਭਰਾ ਜਿਹੜੇ ਭਲਵਾਨ ਬੰਨਦੇ ਆ ਕੀ ਕਹਿੰਦੇ ਉਹਨੂੰ ਲੰਗੋਟ ਤੂੰ ਉਹੀ ਬੰਨ ਲਾ ਮਤਲਬ ਉਹਦੀ ਲਾਈਫ ਦਾ ਨਾ ਪਤਾ ਹੀ ਨੀ ਲੱਗਦਾ ਉਹ ਅਲੱਗ ਹੀ ਹੈ ਪੜਦੇ ਨੀ ਆਪਾਂ ਘਰ ਲਾਈ ਦੇ ਉਹ ਪੜਦੇ ਲਪੇਟ ਕੇ ਆਜੂਗਾ ਸਹੀ ਗੱਲ ਹੈ ਬਟ ਸਹੀ ਹੈ ਜਿੰਦਗੀ ਨਹੀਂ ਨਹੀਂ ਵਧੀਆ ਭਾਜੀ ਮੈਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਇੱਕ ਦਿਨ ਮੈਂ ਸਵੇਰੇ ਜਿੱਦਣ ਹੋਇਆ ਵਾਇਰਲ ਮੈਂ ਫੋਟੋ ਖੋਲ ਕੇ ਦੇਖੀ ਮੈਨੂੰ ਐਂ ਲੱਗਾ ਮੈਂ ਕਿਸੇ ਨੇ ਆਪਣੇ ਘਰੇ ਛਿਪਕਲੀ ਦੀ ਫੋਟੋ ਪਾ ਰੱਖੀ ਜਿਸ ਤਰ੍ਹਾਂ ਬੈਠਾ ਸੀਗਾ ਉਹ ਫਿਰ ਮੈਂ ਦੇਖਿਆ ਚਾਹ ਜੇ ਛਿਪਕਲੀ ਨਹੀਂ ਪੂਰਾ ਦਾ ਪੂਰਾ ਰਣਵੀਰ ਸਿੰਘ ਹੈ ਸੋ ਇਟ ਵਾਸ ਵਧੀਆ 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 ਚੀਜ਼ ਮਤਲਬ ਇਹ ਚੀਜ਼ ਕਰਨ ਵਾਸਤੇ ਵੀ ਤੁਹਾਡੇ ਕੋਲ ਕੱਪੜੇ ਨਹੀਂ ਹੋਣੇ ਚਾਹੀਦੇ ਸਹੀ ਗੱਲ ਹੈ ਸਟੰਟ ਵਾਜੀ ਇਹ ਜਿਹੇ ਮੈਂ ਕੈਮਰਾਮੈਨ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਦੋਂ ਸ਼ੂਟ ਕਰਦੇ ਨੇ ਹਾਂਜੀ ਮਤਲਬ ਤੁਸੀਂ ਕਿਵੇਂ ਦਾ ਲੱਗਦਾ ਤੁਹਾਨੂੰ ਇਦਾਂ ਦਾ ਕੁਝ ਸ਼ੂਟ ਕਰਦੇ ਹੋਣਗੇ ਤੁਹਾਡੇ ਹਿਸਾਬ ਨਾਲ ਅੱਛਾ ਵੀ ਜਿਵੇਂ ਵੀ ਐ ਕੋਈ ਆ ਕੇ ਕਹਦੇ ਅੱਜ ਮੈਂ ਬਿਨਾਂ ਤੋਂ ਅੱਜ ਬਿਨਾਂ ਕੱਪੜਿਆਂ ਦੇ ਹਾਂ ਹੈ ਨਾ ਸੋ ਇਹ ਤਾਂ ਕੈਮਰਾਮੈਨ ਹੁਣ ਡਿਪੈਂਡ ਕਰਦਾ ਨਾ ਕਿ ਕੌਣ ਹੈ ਸਾਹਮਣੇ ਇੱਥੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਸ਼ੂਟ ਤੋਂ ਬਾਅਦ ਪੈਸੇ ਤਾਂ ਨਹੀਂ ਮੰਗ ਸਕਦੇ ਨਹੀਂ 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 ਫਿਰ ਹੱਥੋਂ ਦੇ ਕੇ ਆਂਦੇ ਨੇ ਅੱਲਾ ਭਰਾ ਤੂੰ ਕੱਚਾ ਹੀ ਲੈ ਰਿਹਾ ਇੱਕ ਹੋਰ ਕੋਈ ਤੂੰ ਜਾ ਕੇ ਕੱਚਾ ਲੈ ਪਹਿਲਾਂ ਕੱਚਾ ਲੈ ਬਹੁਤ ਵਧੀਆ ਅੱਛਾ ਭਾਜੀ ਵੈਸੇ ਨੋਰਮਲੀ ਜਿਵੇਂ ਹੁੰਦਾ ਨਾ ਕਿ ਮੈਂ ਇੱਕ ਦਿਨ ਗੱਲ ਵੀ ਕਰ ਰਿਹਾ ਹੁੰਦਾ ਜਿਵੇਂ ਨਾ ਕਈ ਵਾਰ ਕੋਈ ਕੁੜੀ ਹੋਸਟ ਕਰ ਰਹੀ ਹੋਵੇ ਜਾਂ ਕੁੜੀ ਹੋਵੇ ਸੱਚੀ ਇਹਨਾਂ ਕੋਲ ਵੈਰਾਈਟੀ ਬਹੁਤ ਹੁੰਦੀ ਹੈ ਕੱਪੜੇ ਦੀ ਤੁਹਾਨੂੰ ਕਦੇ ਮਹਿਸੂਸ ਹੁੰਦਾ ਆਪਣੇ ਕੋਲ ਤਾਂ ਬਹੁਤ ਹੀ ਲੇ ਦੇ ਕੇ ਹੋਈ ਟੀ ਸ਼ਰਟ ਸ਼ਰਟ ਖਤਮ ਹੀ ਹੈ ਕੰਮ ਹੈ ਨਾ ਕੁੜੀਆਂ ਕੋ ਦੇਖੋ ਮੁੰਡਿਆਂ ਕੋਲ ਕਲਰ ਹੀ ਨਹੀਂ ਹੈਗੇ ਸਾਡੇ ਕੋਲ ਰੈੱਡ ਬਲੈਕ ਤੇ ਉਸ ਤੋਂ ਬਾਅਦ ਇੱਕ ਅੱਧਾ ਵਾਈਟ ਲਾ ਲਓ ਤੇ ਯੈਲੋ ਲਾ ਲਓ ਕੁੜੀਆਂ ਕੋ ਪਿੰਕ ਬੇਬੀ ਪਿੰਕ ਉਸ ਤੋਂ ਬਾਅਦ ਫਲਾਣਾ ਪਿੰਕ ਟਮਕਾਣਾ ਪਿੰਕ ਬਲੈਕ ਬਲੈਕ ਦਾ ਬਰਾਊਨ ਉਸ ਤੋਂ ਬਾਅਦ ਪਤਾ ਨਹੀਂ ਕਿਹੜਾ ਬਰਾਊਨ ਫਿਰ ਪਤਾ ਨਹੀਂ ਬੇਬੀ ਬਲੈਕ ਹੁੰਦਾ ਕਿ ਨਹੀਂ ਸਹੀ ਗੱਲ ਹੈ ਬੇਬੀ ਬਲੈਕ ਹੁੰਦਾ ਨਾ ਅਫਰੀਕਾ ਵਾਲੀ ਸਾਈਡ ਬਲੈਕ ਤੋਂ ਛੋਟਾ ਜਿਹਾ ਘੱਟ ਮਤਲਬ ਕੁਝ ਇਸ ਤਰ੍ਹਾਂ ਦਾ ਜਿਵੇਂ ਕੁਝ ਇਦਾਂ ਹੁੰਦਾ ਹੈ ਸੱਚੀ ਗੱਲ ਹੈ ਤਾਂ ਸੋਚਣ ਵਾਲੀ ਗੱਲ ਕੋ ਬਹੁਤ ਵੈਰਾਈਟੀ ਕੱਪੜਿਆਂ ਦੇ ਪਰਮਾਤਮਾ ਨੇ ਸੱਚੀ ਇਹਨਾਂ ਨੂੰ ਅਲੱਗ ਕਿਸਮ ਦੀ ਦਿੱਤੀ ਹੋਈ ਹੈ ਜਿਹੜੀ ਹੁੰਦੀ ਹੈ ਵੀ ਅੱਛਾ ਇਹ ਕਲਰ ਦੇਖੋ ਸਾਡੇ ਵਾਸਤੇ ਪਿੰਕ ਇਜ਼ ਪਿੰਕ ਖਤਮ ਗੱਲ ਹੈ ਭਾਈ ਕਲਰ ਤੋਂ ਵੀ ਵੱਡੀ ਚੀਜ਼ ਮੈਂ ਦੱਸਣਾ ਚਾਹੂੰਗਾ ਪਤਾ ਨਹੀਂ ਤੁਸੀਂ ਇਸ ਚੀਜ਼ ਨਾਲ ਰਿਲੇਟ ਕਰਦੇ ਹੋ ਨਹੀਂ ਕਰਦੇ ਇੱਕ ਟਾਈਮ ਤੇ ਆ ਕੇ ਜਦੋਂ ਤੁਸੀਂ ਹੈਲਦੀ ਹੋ ਜਾਂਦੇ ਯੈਸ 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 ਫਿਰ ਕਲਰ ਚੂਜ਼ ਦੀ ਆਪਸ਼ਨ ਖਤਮ ਹੋ ਜਾਂਦੀ ਫਿਰ ਉਹ ਕਹਿੰਦਾ 42 ਖਤਮ ਜਿਹੜਾ ਫਿੱਟ ਆ ਗਿਆ ਫਿਰ ਆਪਾਂ ਕਲਰ ਵਾਲੇ ਚੱਕਰ 'ਚ ਪੈਂਦੇ ਨਹੀਂ ਫਿਰ ਆਪਾਂ ਪੈ ਜਾਂਦੇ ਕਿ ਫਿੱਟ ਆ ਜਾਵੇ ਤੇ ਦੇਖੋ ਪੰਜਾਬੀਆਂ ਦੀ ਸਭ ਤੋਂ ਵੱਡੀ ਦਿੱਕਤ ਸਾਡੀ ਇਹੀ ਹੈ ਕਿ ਬੰਦਾ ਮੋਟਾ ਹੁੰਦਾ ਨਾ ਸਾਰਾ ਮੋਟਾ ਹੁੰਦਾ ਨਹੀਂ ਅਸੀਂ ਇੱਥੋਂ ਬਿਲਕੁਲ ਠੀਕ ਹਾਂ ਆਹ 4 ਬਟਨ ਬਿਲਕੁਲ ਠੀਕ ਆ ਰਹੇ ਆਹ 5ਵੇਂ ਤੇ 6ਵੇਂ ਦੇ ਆ ਕੇ ਮੌਤ ਪੈ ਜਾਂਦੀ ਘੁੰਨੀ ਆ ਜਾਤੀ ਮਾਰ ਕੇ ਵੇਖਣ ਦੇ ਹੁੰਦੇ ਤੁਹਾਡੇ ਆਏ
माड़े ऐब छड़ने सेगमेंट है जिसका नाम है वायरल फराटा। सो भाजी एवं होगा, बेसिकली मैं कुछ वीडियोस तुहानू दिखाउण लग्गिया, ठीक है, एंड तुहाडा उस दे उत्ते की टेक है। लोग अजकल फन नू प्रमोट करन वास्ते, फनी दिखन वास्ते बहुत कमाल कमाल दी चीजें करते हैं। चलो चलो दिखाओ जी, दिखाओ। बट जिमें होंगे ना बरसात में, मैंने एक चीज़ याद आ गई, अजक मैं सच्ची देखता ना, क्योंकि कुड़ियों का खैर बहुत रहा हों भी बई भी जो बाहर ना निकली मेकअप खराब हो जाएगा, टचअप हो जाएगा। पहला जिमें आप जो छोटे शहर वाले या कुछ भी है, बहुत लोग इंजॉय करते थे। भाजी तुम कभी घूमे हो, तुम पता है कि जो आप बाजार कोई चीज़ लैन जाते हैं तो लिफाफे आप चीज़ लें तो लिफाफे का हैंडल होंगे ना, कभी सिर पर पाया पूरा कन्ना का किन्ना फिट होंगे लिफाफे बैन हो गए। चलो बाकी देखो की बनता, बट मैं निके होंगे बहुत मजे ले, अच्छा बेड़िया बूड़िया बने ने अपा लोगों दी बेड़िया के बट्टे मार के उन्होंने डुबोया, अपनी तो कभी चली नहीं, पर ये मैं बड़ा किया सैकल खिलार के स्टैंड ते ला के तो हाथ ना पैंडल मारना, सॉरी अच्छा पिछे जड़ा आंडे पाई और पैंडल मारता। और वीडियो दिखाने दी, हां जी और भाजी और वीडियो। ਚਾਹ ਫਿਰ ਕਹਿਣਗੇ ਬਾਵਾਂ ਖੜੀਆਂ ਕਰਕੇ ਉੱਥੇ ਖਲੋ ਜਾ, ਇਸ ਤੋਂ ਵੱਧ ਕੁਛ ਨਹੀਂ, ਤੇ ਹਜੇ ਘੱਟੋ ਘੱਟ ਉਹਨੂੰ ਜੰਮ ਤੇ ਲੈਣ ਦਿਓ ਵਿਚਾਰੇ ਨੂੰ। ਕਦੇ ਤੁਹਾਡਾ ਵੈਸੇ ਕੋਈ ਮਤਲਬ ਉਹ ਚੱਲ ਜੇ ਅੱਜ ਦੱਸਣਾ ਚਾਹੋ ਉਹਦੇ ਵਿੱਚ, ਕਦੇ ਤੁਹਾਡਾ ਕੋਈ ਰਿਹਾ ਚਲਾਨ ਐਕਸਪੀਰੀਅੰਸ ਕਦੇ ਹੋਇਆ? ਮੇਰਾ ਇੱਕ ਬੜਾ ਘੈਂਟ ਐਕਸਪੀਰੀਅੰਸ ਹੈ, ਮਤਲਬ ਨੋਟ ਘੈਂਟ ਅੰਮ੍ਰਿਤਸਰ ਦੀ ਗੱਲ ਹੈ, ਜਿੱਦਾਂ ਨਾ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਿੰਨੇ ਪੰਜਾਬੀ ਹੁੰਦੇ ਨਾ ਆਪਾਂ ਸਾਰੇ ਕਪਿਲ ਸ਼ਰਮਾ। ਸਹੀ ਗੱਲ ਹੈ, ਮੈਂ ਬਾਈਕ 'ਤੇ ਜਾਣ ਡਿਆ, ਮੈਂ ਹੈੱਡਫੋਨ ਲਾਏ ਹੋਏ ਅਤੇ ਮੈਂ ਨਿਕਲਿਆ ਆਇਆ, ਮੈਨੂੰ ਪੁਲਿਸ ਵਾਲੇ ਅੰਕਲ ਨੇ ਖਿਲਾ ਰਿਹਾ, ਅਤੇ ਮੈਂ ਨਾ ਬੜੀ ਨਿਮਰਤਾ ਦੇ ਨਾਲ ਮੈਂ ਨਾ ਇੱਦਾਂ ਕਿ ਤੂੰ ਹੈੱਡਫੋਨ ਲਾਏ ਆ 500 ਰੁਪਏ ਚਲਾ, ਮੈਂ ਐਂ ਕਰਕੇ ਲਾ ਕੇ ਨਾ, ਮੈਂ ਕਿਹਾ ਅੰਕਲ ਜੀ ਪਾਠ ਲਾਇਆ ਸੀ ਮੈਂ, ਕਹਿੰਦਾ ਇੱਧਰ ਆ ਅਰਦਾਸ ਕਰਾਂ। ਟਰੂ ਸਟੋਰੀ ਟਰੂ ਯਾਰ, ਮੈਂ ਮੈਨੂੰ ਮਤਲਬ ਨਾ ਉਹਦਾ ਕਮਬੈਕ ਹੀ ਨਹੀਂ ਆਇਆ ਕਿ ਮੈਂ ਕੀ ਕਵਾਂ ਇਹੋ ਜਿਹਾ, ਫਿਰ ਉਹਨਾਂ ਨੇ ਅਰਦਾਸ ਕੀਤੀ। ਵਾਹ ਜੀ, ਮੈਨੂੰ ਆਪਣਾ ਇੱਕ ਕਿੱਸਾ ਯਾਦ ਆ ਗਿਆ ਮੇਰੇ ਨਾਲ ਨਾ, ਐਕਚੁਅਲੀ ਪਟਿਆਲੇ ਦੀ ਗੱਲ ਹੈ ਭਾਜੀ, ਉੱਥੇ ਕਿਸੇ ਨੇ ਫਲਾਈਓਵਰ 'ਤੇ ਮੈਨੂੰ ਰੋਕ ਲਿਆ, ਠੀਕ ਹੈ, ਤੇ ਉਹ ਵੈਸੇ ਮੈਂ ਹਾਲਾਂਕਿ ਸਾਰੇ ਹੈਲਮੈਟ ਵੀ ਪਾ ਰਹੀ ਸਭ ਕੁਛ ਸੀ, ਰੈਗੂਲਰ ਚੈਕਿੰਗ ਚੱਲ ਰਹੀ ਸੀ ਵੀ ਦੇਖ ਨਾਕਾ ਲੱਗਿਆ ਵਾ, ਅਤੇ ਉਹਨੇ ਮੰਗੇ ਜੀ ਲਾਈਸੈਂਸ ਦਿਖਾਤਾ ਆਰ ਸੀ, ਮੈਂ ਕਿਹਾ ਫਿਰ ਅਟਕ ਗਿਆ ਬੰਦਾ, ਉਹ ਦਿਖਾ, ਮੈਂ ਕਿਹਾ ਕੀ ਉਹ ਧੂੰਏ ਵਾਲੇ ਕਾਗਜ਼। ਅਗਰ ਅਗਰ 5-10 ਸਾਲ ਪਹਿਲੇ ਦੀ ਗੱਲ ਕਰੀ, ਮੇਰੇ ਕੋਲ ਵੈਸਪਾ ਸਕੂਟਰ ਹੁੰਦਾ ਸੀ, ਉਹ ਹੁਣ ਆਰ ਸੀ ਏ ਵਾਲੀ ਆਉਂਦੀ ਹੈ, ਪਹਿਲੇ ਆਰ ਸੀ ਆਉਂਦੀ ਸੀ ਦੂਸਰੀ ਪੇਜਾਂ ਵਾਲੀ, ਤੇ ਮੇਰੇ ਕੋਲ ਆਰ ਸੀ ਨਹੀਂ ਗਈ, ਪਰ ਮੇਰੇ ਸਕੂਟਰ 'ਚ ਨਾ ਸਿਲੰਡਰ ਵਾਲੀ ਕਾਪੀ ਪਈ ਹੋਈ, ਮੈਨੂੰ ਕਹਿੰਦਾ ਆਰ ਸੀ ਮੰਗ ਸਿਲੰਡਰ ਵਾਲੀ ਕਾਪੀ, ਕਹਿੰਦਾ ਚੱਲ ਠੀਕ ਹੈ ਜਾ, ਚਲੋ ਠੀਕ ਹੈ। ਸੇਮ ਤੁਸੀਂ ਅਗਰ ਦੇਖੋਗੇ ਨਾ ਪੁਰਾਣੀ ਆਰ ਸੀ ਤੇ ਪੁਰਾਣੀ ਸਿਲੰਡਰ ਵਾਲੀ ਕਾਪੀ, ਉਹ ਸੇਮ, ਉਹਦਾ ਸਾਈਜ਼ ਵੀ ਸੇਮ, ਉਹ ਪੇਜ ਵੀ ਉਨੇ ਕੇ ਦਿੱਤੇ ਆ, ਤੇ ਥੈਂਕ ਗੋਡ ਕਿ ਸਾਡੇ ਏਅਰਪੋਰਟ ਤੇ ਪੰਜਾਬ ਪੁਲਿਸ ਨਹੀਂ ਗਈ। ਸੀ ਐਨ ਜੀ ਵਾਲੇ ਜਿਹੜਾ ਕੰਮ ਹੈ ਸਿਲੰਡਰ, ਨਾ ਸਿਰਫ ਗੱਡੀਆਂ ਚੱਲਦੇ ਨੇ, ਕਈ ਵਾਰ ਚਲਾਉਣਾ ਤਾਂ ਵਿੱਚ ਚਲਾਉਣਾ।
ਸਹੀ ਗੱਲ ਐਂਡ ਹੁਣ ਭਾਜੀ ਗੱਲਾਂ ਬਾਤਾਂ ਨਾਲ ਚੱਲ ਰਹੀਆਂ ਨੇ ਕੁਝ ਥੋੜਾ ਗੇਮ ਵੱਲ ਲੈ ਕੇ ਆਉਂਦੇ ਆ ਠੀਕ ਹੈ ਛੋਟੇ ਹੁੰਦੇ ਤੁਸੀਂ ਕੀਤਾ ਹੋਊਗਾ ਕਹਿੰਦਾ ਸੀ ਨਾ ਪ੍ਰਸੰਗ ਸਹਿਤ ਵਿਆਖਿਆ ਜਿਹਦੇ ਵਿੱਚ ਉਹ ਪੋਇਟਰੀ ਲਿਖੀ ਹੁੰਦੀ ਸੀ ਇਹਨੂੰ ਗੇਮ ਨਹੀਂ ਕਹਿੰਦੇ ਇਹਨੂੰ ਸਟੱਡੀ ਕਹਿੰਦੇ ਅੱਛਾ ਮੈਂ ਉਹੀ ਚੀਜ਼ਾਂ ਛੱਡ ਕੇ ਆਪਾਂ ਆਏ ਆ ਹੁਣ ਤੁਸੀਂ ਇਹੀ ਕੁਝ ਕਰਾਓਗੇ ਪ੍ਰਸੰਗ ਸਹਿਤ ਵਿਆਖਿਆ ਵਿਆਖਿਆ ਹਾਂਜੀ ਚਲੋ ਪਰ ਉਹ ਤਾਂ ਪੋਇਟਰੀਜ਼ ਦੇ ਹੁੰਦਾ ਸੀ ਨਾ ਅਸੀਂ ਗੇਮ ਬਣਾਇਆ ਕਿਉਂਕਿ ਅਸੀਂ ਗਾਣੇ ਲੈ ਕੇ ਆਏ ਹਾਂ ਇੰਨੇ ਕ੍ਰੀਏਟਿਵ ਕਿੱਦਾਂ ਹੋ ਤੁਸੀਂ ਬਸ ਭਾਜੀ ਕਦੇ ਮਾਣੇ ਨਹੀਂ ਕਰਿਆ ਹਾਂ ਕਰਿਓ ਵੀ ਨਾ ਬੰਦਾ ਨਹੀਂ ਹੈ ਤੇ ਮਾਨ ਕਰਨਾ ਸੋ ਬੇਸਿਕਲੀ ਐਵੇਂ ਹੈ ਕੁਝ ਸੌਂਗਸ ਦੇ ਲਿਰਿਕਸ ਮੈਂ ਤੁਹਾਨੂੰ ਦੱਸੂਗਾ ਸੌਂਗ ਦੇ ਲਿਰਿਕਸ ਠੀਕ ਹੈ ਜਿਹਦੇ ਕਈ ਮਲਟੀਪਲ ਮੀਨਿੰਗ ਨਿਕਲਦੇ ਨੇ ਠੀਕ ਹੈ ਗੇਮ ਦਾ ਨਾਮ ਹੈ ਕਵੀ ਕਿਆ ਕਹਤਾ ਹੈ ਕਵੀ ਕਿਆ ਕਹਤਾ ਹੈ ਤੁਸੀਂ ਦੱਸਣਾ ਹੈ ਕਿ ਇਹ ਗਾਣੇ ਦਾ ਮਤਲਬ ਤੁਹਾਡੇ ਹਿਸਾਬ ਨਾਲ ਕੀ ਹੋ ਰਿਹਾ ਹੈ ਚਲੋ ਪੁੱਛੋ ਜੀ ਆਨ ਦੋ ਪਹਿਲੀ ਲਾਈਨ ਹੈ ਬਰਸਾਤਾਂ ਦਾ ਟਾਈਮ ਹੈ ਜੀ ਮੇਰਾ ਯਾਰ ਹੱਸ ਰਿਹਾ ਹੈ ਬਾਰਿਸ਼ ਕੀ ਜਾਏ ਬਈ ਇਹਦੇ ਕਈ ਮਤਲਬ ਨਿਕਲਦੇ ਹਨ ਕਵੀ ਕੀ ਹੈ ਅਸਲ 'ਚ ਕਵੀ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਹੈ ਕਿ ਮੇਰਾ ਯਾਰ ਪਾਗਲ ਹੈ ਮਤਲਬ ਮੈਨੂੰ ਇਹ ਨਹੀਂ ਸਮਝ ਆਉਣ ਦੀ ਕਿ ਕਵੀ ਇਹਦੇ ਵਿੱਚ ਨਾ ਮੇਨ ਤਾਂ ਇਹੀ ਕਿ ਕਵੀ ਕਿਉਂ ਕਹਿਣਾ ਚਾਹੁੰਦਾ ਉਹ ਹੱਸਣ ਡਿਆ ਉਹਨੂੰ ਹੱਸਣ ਦੇ ਹੱਸਣ ਤੋਂ ਬਾਅਦ 'ਚ ਕੀ ਆਉਂਦਾ ਬਾਰਿਸ਼ ਤਾਂ ਕਦੇ ਨਹੀਂ ਆਉਂਦੀ ਇਹਦੇ ਮੇਰੇ ਹਿਸਾਬ ਨਾਲ ਨਾ ਇਹ ਜੋ ਗਾਣਾ ਬਣਾਇਆ ਗਿਆ ਨਾ ਇਹ ਗਾਣਾ ਬਣਾਇਆ ਗਿਆ ਕਿਸੇ ਪੁਰਾਣੀ ਫਿਲਮ ਦੇ ਥਰੋ ਫਿਲਮ ਦੇ ਵਿੱਚ ਜਦੋਂ ਬਾਰਿਸ਼ ਕਰਾਉਣੀ ਹੁੰਦੀ ਸੀ ਤੇ ਬੰਦਾ ਉੱਤੇ ਸ਼ਾਵਰ ਲੈ ਕੇ ਬੈਠਾ ਹੁੰਦਾ ਸੀ ਉਹਨੂੰ ਹਿੰਟ ਦਿੱਤਾ ਗਿਆ ਕਿ ਜਦੋਂ ਉਹ ਹੱਸੇਗਾ ਤੂੰ ਮੀਂਹ ਪਵਾ ਦੇਣਾ ਤੂੰ ਆਪਦੀ ਟੁੱਟੀ ਖੋਲ ਦੀ ਉਹਨੇ ਟੁੱਟੀ ਖੋਲ ਇਹਨਾਂ ਨੇ ਲੋਕਾਂ ਨੇ ਉਹਨੂੰ ਰੱਬ ਨਾਲ ਰਿਲੇਟ ਕਰਤਾ ਰੱਬ ਨੂੰ ਨਹੀਂ ਕਹਿ ਰਿਹਾ ਉਹ ਕਹਿੰਦਾ ਉਹ ਮੇਰਾ ਯਾਰ ਹੱਸ ਰਿਹਾ ਹੈ ਤੂੰ ਬਸ ਬਸ ਬਹੁਤ ਵਧੀਆ ਬਸ ਕਵੀ ਕੁਛ ਹੋਰ ਹੀ ਬਣਾਤਾ ਲੋਕ ਠੀਕ ਹੈ ਜੀ ਨੈਕਸਟ ਭਾਜੀ ਦੇਸੀ ਜੇ ਗੀਤ ਹੈ ਟਰੈਪ ਜੀ ਬੀਟ ਹੈ ਸਿਰ ਕੱਢ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਾਊਨ ਮੁੰਡੇ ਨਹੀਂ ਬਰਾਊਨ ਮੁੰਡੇ ਅੰਨੇ ਹੈ ਕਿਉਂ ਵੱਜਣ ਦੇ ਸਪੀਕਰਾਂ 'ਚ ਦੱਸ ਉਹਨਾਂ ਨੂੰ ਸਪੀਕਰ ਦਿਖ ਨਹੀਂ ਡੇ ਵੀ ਬਾਕੀ ਦੁਨੀਆ ਇਹ ਕਵੀ ਨੇ ਇਹ ਮੇਰੇ ਹਿਸਾਬ ਨਾਲ ਕਿਸੇ ਜਗਰਾਤੇ 'ਤੇ ਜਾਂ ਫਿਰ ਕਿਸੇ ਵੱਡੇ ਜਿਹੇ ਇਵੈਂਟ ਦੇ ਵਿੱਚ ਲਿਖਿਆ ਕਿ ਉੱਥੇ ਇੱਕ ਲਾਈਨ ਚੱਲ ਰਹੀ ਹੈ ਲੋਕ ਦਰਸ਼ਨ ਕਰਕੇ ਲੰਘ ਰਹੇ ਆ ਤਿੰਨ ਬਰਾਊਨ ਮੁੰਡੇ ਆਏ ਆ ਉਹਨਾਂ ਦਾ ਸਿਰ ਵੱਜਾ ਅਤੇ ਉਹਨੇ ਲਿਖਤਾ ਬਸ ਕਿ ਬਰਾਊਨ ਮੁੰਡੇ ਸਪੀਕਰਾਂ 'ਚ ਵੱਜਣ ਪਤਾ ਨਹੀਂ ਕਿਉਂ ਕਵੀ ਇੱਦਾਂ ਦੀਆਂ ਗੱਲਾਂ ਲਿਖਦੇ ਸਹੀ ਗੱਲ ਹੈ ਨਾਲੇ ਆਹ ਮੈਨੂੰ ਚੀਜ਼ ਵੈਸੇ ਨਾ ਮਤਲਬ ਕਈ ਮੈਂ ਦੇਖਦਾ ਵੀਡੀਓਜ਼ ਵੀ ਆਉਂਦੀਆਂ ਨੇ ਠੀਕ ਹੈ ਐਲੀ ਲੇ ਲਿਖ ਕੇ ਬਰਾਊਨ ਪੇਰੈਂਟਸ ਵਾਈਟ ਪੇਰੈਂਟਸ ਬਰਾਊਨ ਪੇਰੈਂਟਸ ਬਰਾਊਨ ਬੋਇਸ ਕੀ ਇਹਨਾਂ 'ਚ ਫਾਈਬਰ ਜ਼ਿਆਦਾ ਹੁੰਦਾ ਕੀ ਹਿਸਾਬ ਹੈ ਸਮਝ ਨਹੀਂ ਆਉਂਦਾ ਜੀ ਬ੍ਰੈਂਡ ਨਾਲ ਆ ਗਿਆ ਹਾਂ ਅਸਲ 'ਚ ਨਾ ਬਰਾਊਨ ਉਹੀ ਹੈ ਜਿਹੜੀ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਨਾ ਕੁੜੀਆਂ ਪਿੰਕ ਅਤੇ ਬੇਬੀ ਪਿੰਕ ਅਸਲ 'ਚ ਇੰਡੀਆ 'ਚ ਜਾਂ ਪੂਰੇ ਵਰਲਡ ਦੇ ਵਿੱਚ ਬਲੈਕਸ ਕਹਿਣਾ ਜਿਹੜਾ ਉਹ ਬੁਰਾ ਲੱਗਦਾ ਹੈ ਨਾ ਤਾਂ ਕਰਕੇ ਆਪਾਂ ਥੋੜ੍ਹੀ ਜਿਹੀ ਸ਼ੇਡ ਨੂੰ ਲਾਈਟ ਕੀਤਾ ਹੈ ਅਤੇ ਸਭ ਨੂੰ ਪਤਾ ਕੀ ਹੈ ਹਾਂ ਵਧੀਆ ਠੀਕ ਹੈ ਚਾਂਦਨੀ ਰਾਤ ਮੈਂ ਗੋਰੀ ਕੇ ਸਾਥ ਇਹ ਕਿੰਨਾ ਕੁ ਕਹਿਣਾ ਕਵੀ ਨੇ ਕਵੀ ਥੱਕਣ ਕਿਉਂ ਨਹੀਂ ਡਿਆ ਨਹੀਂ ਨਹੀਂ ਭਾਜੀ ਤਿੰਨ ਚਾਰ ਕਵੀਆਂ ਦਾ ਫਿਰ ਕਾਫੀ ਕਹਿੰਦੇ ਜਾਇਆ ਮਨਪ੍ਰੀਤਾ ਸਾਡੇ ਵਚਨਾਂ ਨੂੰ ਤੁਸੀਂ ਸਾਰਥਕ ਬਣਾਓ ਚਲੋ ਜੀ ਚਾਂਦਨੀ ਰਾਤ ਮੈਂ ਗੋਰੀ ਕੇ ਸਾਥ ਮੈਂ ਦੇਖੂੰਗਾ ਨਗੀਨੇ ਧੀਮੇ 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 ਚਾਂਦਨੀ ਰਾਤ ਮੈਂ ਗੋਰੀ ਕੇ ਸਾਥ ਮੈਂ ਦੇਖੂੰਗਾ ਨਗੀਨੇ ਧੀਮੇ 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 ਤੁਸੀਂ ਹੁਣ ਮੈਨੂੰ ਦੱਸੋ ਕਰਨ ਭਾਜੀ ਸੈਕਸੀ ਕਰਨ ਭਾਜੀ ਤੁਸੀਂ ਚਾਂਦਨੀ ਰਾਤ 'ਚ ਗੋਰੀ ਦੇ ਨਾਲ ਹੋਵੋਗੇ ਤੁਸੀਂ ਵੇਖੋਗੇ ਨਗੀਨੇ ਮਤਲਬ ਇਹ ਕਵੀ ਅੰਨਾ ਉੱਥੇ ਬਰਾਊਨ ਮੁੰਡੇ ਅੰਨੇ ਕੀਤੇ ਤੇ ਆਪ ਅੰਨਾ ਵੀ ਨਹੀਂ ਚਾਂਦਨੀ ਰਾਤ ਮੈਂ ਗੋਰੀ ਕੇ ਸਾਥ ਮੈਂ ਕੋਈ ਨਹੀਂ ਵੇਖੇਗਾ ਜਾਣ ਕੇ ਮਤਲਬ ਇਹਦੇ ਵਿੱਚ ਕਵੀ ਇਹੀ ਕਹਿਣਾ ਚਾਹੁੰਦਾ ਇਹ ਕਵੀ ਸਾਡਾ ਧਿਆਨ ਭੜਕਾਉਣਾ ਚਾਹ ਰਿਹਾ ਬਸ ਕਿ ਮੈਂ ਕੁਛ ਨਹੀਂ ਮੈਂ ਤੇ ਨਗੀਨੇ ਵੇਖੇ ਬਸ ਮੈਂ ਸਾਧ ਬੰਦਾ ਇਹ ਝੂਠ ਹੈ ਜੀ ਇਹਦੇ ਵਿੱਚ ਕਵੀ ਅੰਨਾ ਨਹੀਂ ਹੈ ਝੂਠਾ ਸਹੀ ਗੱਲ ਹੈ ਚਲੋ ਜੀ ਓਕੇ ਭਾਜੀ ਹੁਣ ਇਹ ਤਾਂ ਖਤਮ ਹੋਇਆ ਬਟ ਜਿਵੇਂ ਕਾਮੇਡੀ ਤਾਂ ਤੁਸੀਂ ਕਰਦੀ ਹੋ ਠੀਕ ਹੈ ਕੋਈ ਹੋਰ ਟੈਲੈਂਟ ਅਸੀਂ ਵੀ ਚਾਹੁੰਦੇ ਗਾਣਾ ਹੋ ਯਾਰ ਗਾਣਾ ਮੈਂ ਸੁਣਾ ਨਹੀਂ ਸੋਰੀ ਮੈਂ ਮਾਫੀ ਚਾਹੁੰਦਾ ਕਿਉਂ ਭਾਜੀ ਕਿ ਮੇਰਾ ਜਿਹੜਾ ਮਾੜਾ ਮੋਟਾ ਮਾਰਕੀਟ 'ਚ ਨਾ ਬਣਿਆ ਬਣਿਆ ਰਹੇ ਗਾਣਾ ਤਾਂ ਨਹੀਂ ਆਉਂਦਾ ਹੋਰ ਟੈਲੈਂਟ ਕੁਛ ਵੀ ਨਹੀਂ ਆਪਣੇ 'ਚ ਅੱਛਾ ਕਾਮੇਡੀ ਵੀ ਨਹੀਂ ਐਵੇਂ ਹੋ ਜਾਂਦੀ ਹੈ ਨਹੀਂ ਕੋਈ ਗਾਣਾ ਨਹੀਂ ਸੋ ਸਵੇਰ ਦਾ ਟਾਈਮ ਹੈ ਭਾਜੀ ਦੇਖੋ ਐਵੇਂ ਕਿ ਐਨਰਜੀ ਥੋੜ੍ਹੀ ਡਾਊਨ ਹੋਣ ਨਹੀਂ ਦੇਣੀ ਅਸੀਂ ਚਾਹੁੰਦੇ ਹਾਂ ਉਹ ਤੋਂ ਵੀ ਤੁਸੀਂ ਜਾਓ ਤਾਂ ਤੁਸੀਂ ਵਧੀਆ ਖੁੱਲ੍ਹ ਕੇ ਐਨਰਜੀ ਐਨਰਜੈਟਿਕ ਜਾਓ ਸੋ ਤੁਹਾਨੂੰ ਐਨਰਜੀ ਜੋ ਹੈਗਾ ਦੇਣ ਵਾਸਤੇ ਅਸੀਂ ਇੱਕ ਗੇਮ ਲੈ ਕੇ ਹਾਂ ਸਪੈਸ਼ਲੀ ਤੁਸੀਂ ਹਰ ਚੀਜ਼ ਦੀ ਗੇਮ ਭਾਜੀ ਹਰ ਚੀਜ਼ ਦੀ ਗੇਮ ਹੈ ਤੁਹਾਡੇ ਵਾਸਤੇ ਅਸੀਂ ਪੂਰਾ ਧਿਆਨ ਰੱਖਿਆ ਗਿਆ ਤੁਹਾਡਾ ਚਲੋ ਠੀਕ ਸੋ ਬੇਸਿਕਲੀ ਇਹ ਦੱਸ ਦਈਏ ਕੁਛ ਕਾਫੀ ਸ਼ਾਟਸ ਨੇ ਜੋ ਬਲੈਕ ਕਾਫੀ ਹੁੰਦੀ ਹੈ ਸੋ ਭਾਜੀ ਜੇ ਜੋਸ਼ ਵੀ ਆਊਗਾ ਕਾਲੇ ਮੈਨੂੰ ਮੋਬਾਈਲ ਕਿਉਂ ਲੱਗਣ ਡਿਆ ਇੰਨਾ ਕਾਲਾ ਕੀਤਾ ਜੀ ਇਹਨੂੰ ਨਹੀਂ ਨਹੀਂ ਭਾਜੀ ਇਹ 'ਚ ਮੋਬਾਈਲ ਵਾਲਾ ਉਹ ਵਾਲਾ ਨਹੀਂ ਪਾਇਆ ਇਹੋ ਜਿਹਾ ਕੁਛ ਹਲੇ ਉਹ ਪਿਛਲੀ ਵਾਰ ਕਿਸੇ ਹੋਰ ਗੈਸਟ ਵਾਸਤੇ ਅਸੀਂ ਸੋ ਰੋਕ ਰੱਖਿਆ ਅੱਛਾ ਇਹ ਕਾਫੀ ਤੁਸੀਂ ਮੈਨੂੰ ਪੀ ਕੇ ਵਿਖਾਓਗੇ ਹਨਾ ਸਾਰੀ ਪੀ ਲਓਗੇ ਭਾਜੀ ਮੈਂ ਤਾਂ ਖੈਰ ਹਾਲੇ ਮੇਰੀਆਂ ਵੀਡੀਓਜ਼ ਇੰਨੀਆਂ ਵਾਇਰਲ ਨਹੀਂ ਨਾ ਹੋਈਆਂ ਜਿੱਦਣ ਹੋਈਆਂ ਮੈਂ ਫੇਰ ਪੀਊਂਗਾ ਕਾਫੀ ਹਾਲ ਤਾਂ ਮੈਂ ਸ਼ੋਅ ਹੀ ਕਰ ਰਿਹਾ ਜਿਵੇਂ ਤੁਹਾਡੀ ਤਾਂ ਹੁੰਦੀਆਂ ਨੇ ਨਾ ਇਹਨਾਂ ਕੀ ਆਵਾਜ਼ ਬੰਦ ਹੋ ਜਾਂਦੀ ਬੰਦੇ ਨਹੀਂ 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 ਭਾਜੀ ਜੋਸ਼ ਆਊਗਾ ਤੁਸੀਂ ਬਲਕਿ ਜੇ ਸ਼ਾਮ ਸ਼ੂਮ ਜੇ ਤੁਹਾਡਾ ਕੋਈ ਸ਼ੋਅ ਹੈ ਜਾਂ ਕੁਛ ਹੈ ਤੁਸੀਂ ਸ਼ਾਮ ਤੱਕ ਇੰਨਾ ਕੰਟੈਂਟ ਦੋਗੇ ਜਿਹੜੇ ਜੋਕਸ ਤੁਸੀਂ ਨਹੀਂ ਵੀ ਬਣਾਏ ਉਹ ਵੀ ਕਹਿ ਕੇ ਆ ਜਾਓਗੇ ਤੁਸੀਂ ਕੀ ਵੋਦਕਾ ਬਾਈ ਕਾਫੀ
ਨਹੀਂ ਹੈ ਜਾਂ ਵੀ ਨਹੀਂ ਹੈਗਾ ਚਲੋ ਠੀਕ ਹੈ ਜੀ ਗੇਮ ਬਹੁਤ ਸਿੰਪਲ ਜੀ ਹੈ ਇਹਦੇ ਵਿੱਚ ਕੀ ਹੈ ਕੁਝ ਇਹੋ ਜਿਹੇ ਟੌਪਿਕਸ ਅੱਜ ਆਪਾਂ ਛੇੜਨ ਲੱਗੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਓਕੇ ਠੀਕ ਹੈ ਕਈ ਇਹੋ ਜਿਹੇ ਟੌਪਿਕਸ ਨੇ ਜਿਨ੍ਹਾਂ ਤੇ ਕਿੰਨੀ ਜੋਕਸ ਬਣੇ ਹੋਏ ਨੇ ਮਤਲਬ ਨਾਟ ਤੁਹਾਡੇ ਓਰੀਜਨਲ ਤਾਂ ਹੈਗੀ ਨੇ ਬਟ ਉਸ ਤੋਂ ਇਲਾਵਾ ਵੀ ਕਿੰਨੇ ਜਿਹੜੇ ਫਾਰਵਰਡਡ ਮੈਸੇਜਸ ਆ ਓਕੇ 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 ਸੋ ਮੈਂ ਤੁਹਾਨੂੰ ਟੌਪਿਕ ਬੋਲੂਗਾ 10 ਸੈਕਿੰਡ ਦੇ ਵਿੱਚ ਜੇ ਤਾਂ ਤੁਸੀਂ ਜੋਕ ਸੁਣਾਤਾ ਵੈਲ ਐਂਡ ਗੁੱਡ ਨਹੀਂ ਤਾਂ ਇੱਕ ਫਿਰ ਗਲਾਸ ਤੋਂ ਉਹ ਜੋਕ ਚਾਹੇ ਮੇਰਾ ਹੋਏ ਚਾਹੇ ਕਿਸੇ ਦਾ ਕੋਈ ਵੀ ਹੋ ਜਾਏ ਕੋਈ ਹੋਵੇ ਸੇਵਨ ਕਰ ਲੈਣਾ ਫਿਰ ਨਹੀਂ ਤਾਂ ਜੇ ਨਹੀਂ ਹੋਇਆ ਤੇ ਫਿਰ ਨਹੀਂ 1 ਮਿੰਟ ਤੁਸੀਂ ਜੇ ਮੈਂ 10 ਸੈਕਿੰਡ ਸੁਣਾਤਾ ਫਿਰ ਤੁਸੀਂ ਸੇਵਨ ਕਰੋਗੇ ਨਾ ਸਰ ਮੈਂ ਉਹੀ ਗੱਲ ਦੱਸ ਰਿਹਾ ਮੈਨੂੰ ਤਾਂ ਭਾਜੀ ਵਿਊਜ਼ ਇੰਨੇ ਮਿਲ ਨਹੀਂ ਨਾ ਰਹੇ ਹਲੇ ਨਹੀਂ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਨਾ ਇਹ ਚਲੋ ਮੈਂ ਕਰ ਲਵਾਂ ਭਾਜੀ ਦੱਸੋ ਬਿਲਕੁਲ ਜੀ ਠੀਕ ਹੈ ਮੈਂ ਤਾਂ ਹੁਣ ਭਾਜੀ ਨੂੰ ਆਪਾਂ ਇਕੱਲੇ ਇਕੱਲੇ ਨਹੀਂ ਕਰਾਉਣ ਦਾ ਚਲੋ ਜੀ ਠੀਕ ਹੈ ਜੀ ਓਕੇ ਪਹਿਲਾ ਟੌਪਿਕ ਹਾਥੀ ਕਿਹੜੀ ਹਾਥੀ ਕਿਹੜੀ 1 2 3 4 5 6 ਯਾਰ ਤੁਸੀਂ ਮੈਨੂੰ ਲੱਗਦਾ ਜਾਣ ਕੇ ਮੈਨੂੰ ਵੀ ਪਲਾਨ ਨੂੰ ਕਰ ਰਹੇ ਹੋ ਠੀਕ ਹੈ ਹਾਥੀ ਕਿਹੜੀ ਹਾਥੀ ਕਿਹੜੀ ਹਾਥੀ ਕਿਹੜੀ ਨਹੀਂ ਮਤਲਬ ਨਹੀਂ ਇੱਕਦਮ ਕੋਈ ਯਾਦ ਨਹੀਂ ਆ ਰਿਹਾ ਇਹ ਆਈਡੀਆ ਕਿਹਦਾ ਹੀ ਵੈਸੇ ਇਹ ਹੈਗੇ ਨੇ ਸਾਡੇ ਵਾਲੇ ਕਹਿੰਦੇ ਸਵੇਰੇ ਸਵੇਰੇ ਬੰਦਾ ਅਸੀਂ ਸੁਸਤ ਨਹੀਂ ਕਰਕੇ ਭੇਜਣਾ ਓਕੇ ਨੈਕਸਟ ਟੌਪਿਕ ਡਾਕਟਰ ਮਰੀਜ਼ ਜਾਂ ਇਕੱਲੇ ਡਾਕਟਰਾਂ ਦੀ ਕਰ ਦਿਓ ਡਾਕਟਰਾਂ ਦੇ ਮੈਂ ਆਪਣਾ ਹੀ ਸੁਣਾ ਦਿੰਦਾ ਕਿ ਜਿੱਦਾਂ ਦੇ ਆਪਣੇ ਦੋਸਤ ਹੁੰਦੇ ਨਾ ਯਾਰ ਦੋਸਤ ਮੰਨ ਲਓ ਕਿ ਜਿੱਦਾਂ ਤੁਹਾਡੇ ਵੀ ਯਾਰ ਦੋਸਤ ਨੇ ਜਿੰਨੇ ਵੀ ਉਹਨਾਂ 'ਚ ਕੋਈ ਡਾਕਟਰ ਬਣ ਜਾਏ ਪਹਿਲੀ ਗੱਲ ਤਾਂ ਤੁਸੀਂ ਉਹਦੇ ਕੋਲ ਓਪਰੇਸ਼ਨ ਨਹੀਂ ਕਰਾਓਗੇ ਮੇਰਾ ਇੱਕ ਦੋਸਤ ਹੈ ਡਾਕਟਰ ਹੈ ਮੈਂ ਉਹਨੂੰ ਫੋਨ ਕੀਤਾ ਰੈਂਡਮ ਹੀ ਮੈਂ ਕਿਹਾ ਯਾਰ ਮੇਰੀ ਦਾੜ ਦਰਦ ਹੋ ਰਹੀ ਕੋਈ ਦਵਾਈ ਲਿਖ ਕੇ ਭੇਜ ਭਾਈ ਸਾਹਿਬ ਨੋਰਮਲ ਤੁਹਾਨੂੰ ਕਹਾਂਗੇ ਤਾਂ ਤੁਸੀਂ ਵਟਸਐਪ 'ਤੇ ਦਵਾਈ ਲਿਖ ਕੇ ਭੇਜੋਗੇ ਉਹਨੇ ਕਾਗਜ਼ 'ਤੇ ਦਵਾਈ ਲਿਖੀ ਉਹਦੀ ਫੋਟੋ ਖਿੱਚੀ ਫਿਰ ਮੈਨੂੰ ਵਟਸਐਪ ਕੀਤੀ ਮੈਂ ਕਿਹਾ ਯਾਰ ਤੂੰ ਖਾਲੀ ਟਾਈਪ ਕਰਕੇ ਵੀ ਭੇਜ ਸਕਦਾ ਕਹਿੰਦਾ ਟਾਈਪ ਕਰਕੇ ਨਾ ਉਹ ਵਾਲੀ ਫੀਲ ਨਹੀਂ ਆਉਂਦੀ ਸਿਗਨੇਚਰ ਵਾਲੀ ਫੀਲ ਨਹੀਂ ਆਉਂਦੀ ਜਿਹੜਾ ਮੈਂ ਉਹਨੂੰ ਫੀਲ ਨਹੀਂ ਸਪੈਲਿੰਗ ਕਹਿੰਦੇ ਆ ਚਲੋ ਚੱਕੋ ਫਿਰ ਉਮੀਦ ਕਰਦੇ ਲੋਕ ਵੀ ਅਸੀਂ ਸ਼ੋਅ 'ਚ ਮਿੱਠਾ ਮਿੱਠਾ ਬੋਲੀਏ ਕਾਫੀ ਸ਼ਾਰਟ ਸਪੀਕ ਓਕੇ ਨੈਕਸਟ ਸਭ ਤੋਂ ਫੇਵਰੇਟ ਹਸਬੈਂਡ ਵਾਈਫ ਹਸਬੈਂਡ ਵਾਈਫ ਹਸਬੈਂਡ ਵਾਈਫ 1 2 3 4 5 ਯਾਰ ਹੋਲੀ ਇੰਨੀ ਤੇਜ਼ ਘੜੀ ਕਿਹੜੀ ਚੱਲਦੀ ਹੈ 6 ਚੱਲ ਰਹੀ ਹੈ ਭਾਜੀ ਹਸਬੈਂਡ ਵਾਈਫ ਦਾ ਇਹੀ ਹੈ ਕਿ ਤੁਸੀਂ ਮਤਲਬ ਨਾ ਮਮ ਤੇ ਕਮਾਲ ਵਾਸਤੇ ਯਾਰ ਪਤਾ ਕੀ ਇੱਕਦਮ ਇੰਸਟੈਂਟ ਮੇਰੇ ਜੋਕ ਜਿਹੜੇ ਹੁੰਦੇ ਨਾ ਸੈੱਟ ਹੁੰਦਾ ਪੂਰਾ ਪਰ ਵਨ ਲਾਈਨਰ ਨਹੀਂ ਆਉਂਦੇ ਕਦੀ 9:30 10 ਤੋਂ 5 ਮਿੰਟ ਪਹਿਲਾਂ ਮੈਂ ਕਾਫੀ ਪੀ ਲੈਣਾ ਭਾਜੀ ਸਹੀ ਹੈ ਚਲੋ ਹੁਣ ਟਾਈਮ ਮਿਲ ਰਿਹਾ ਬਟ ਵੈਸੇ ਸੱਚੀ ਦੱਸੋ 10 ਸੈਕਿੰਡ 'ਚ ਕਿਹਨੂੰ ਜੋਕ ਆਉਂਦਾ ਮੈਂ ਇਹੀ ਮੈਂ ਧਾਰਨਾ ਖੇਡਦਾ ਨਹੀਂ ਤਾਂ ਮੈਂ ਕਿਹਾ ਮੈਂ ਕਿਹਾ ਤੁਸੀਂ ਆਪਣੇ ਤੋਂ ਇਲਾਵਾ ਕਿਸੇ ਦੇ ਵੀ ਸੁਣਾ ਸਕਦੇ ਹੋ ਜਿਵੇਂ ਜੇ ਆਪਾਂ ਬਚਪਨ 'ਚ ਫੋਰਵਰਡ ਚਲੋ ਐਂ ਕਰ ਦੱਸੋ ਹੁਣ ਮੈਰਿਜ ਵਾਲਾ ਜਿਵੇਂ ਚਲੋ ਪਹਿਲਾਂ ਪੀ ਲਓ ਭਾਜੀ ਮੈਂ ਸੁਣਾਉਣ ਲੱਗਾ ਸੀ ਵੈਸੇ ਤੁਸੀਂ ਘੜੀ ਰੋਕਤੀ ਸੀ ਸੁਣਾਓ ਸੁਣਾਓ ਫਿਰ ਮੈਂ ਸਾਰੇ ਆਪਣੇ ਆਪਣੇ ਹਿਸਾਬ ਨਾਲ ਸੁਣਾਵਾਂਗਾ ਕਿ ਇੱਕ ਦਿਨ ਨਾ ਮੇਰੀ ਵਾਈਫ ਨਾ ਜਿੱਦਾਂ ਫੇਸਬੁੱਕ 'ਤੇ ਕੋਈ ਵੀਡੀਓ ਚੱਲਦੀ ਨਾ ਉਹਦੇ ਉੱਤੇ ਲਿਖਿਆ ਆਇਆ ਸੀਗਾ ਕਿ ਜਿਹੜੀ ਕੋਲਡ ਡਰਿੰਕ ਹੁੰਦੀ ਨਾ ਉਹਦੇ ਨਾਲ ਤੁਸੀਂ ਟਾਇਲਟ ਸਾਫ਼ ਕਰੋਗੇ ਜ਼ਿਆਦਾ ਵਧੀਆ ਸਾਫ਼ ਹਾਂ ਅੱਛਾ ਉਹਦੇ ਥੱਲੇ ਮੇਰੀ ਵਾਈਫ ਨੇ ਮੈਨੂੰ ਮੈਂਸ਼ਨ ਕੀਤਾ ਅਤੇ ਮੈਂ ਇਹੀ ਚੀਜ਼ ਸੋਚਣ ਡਿਆ ਕਿ ਇਹ ਮੈਨੂੰ ਕੋਲਡ ਡਰਿੰਕ ਪੀਣ ਤੋਂ ਮਨਾ ਕਰਨ ਡੀ ਹੈ ਕਿ ਕਹਿਣ ਡੀ ਕਿ ਕੱਲ੍ਹ ਤੋਂ ਇਹ ਵਰਤ ਲਿਆ ਕਰ ਵਾਪਸ ਰੱਖ ਲਿਆ ਉਲਝਾ ਕੇ ਕੰਮ ਜਿਹਾ ਖਰਾਬ ਕਰ ਲਿਆ ਖਤਮ ਹੋ ਗਿਆ ਜੀ ਹਾਂਜੀ ਭਾਜੀ ਚਲੋ 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 ਬਹੁਤ ਹੀ ਮੂੰਹ ਸਾਡਾ ਹੈਗਾ ਕੌੜਾ ਕਰਤਾ ਇਹਨਾਂ ਨੇ ਮੈਂ ਦੇਖ ਕੇ ਬੀਤਾ ਸਤਾਜ ਜ਼ਿੰਦਗੀ ਦੀ ਸਾਰੀ ਕੜਵਾਹਟ ਜਿਹੜੀ ਟੀਮ ਦੀ ਮੇਰੇ ਨਾਲ ਸੀਗੀ ਵੀ ਲੇਟ ਆਉਂਦਾ ਜਾਂ ਕੁਛ ਹੈ ਸਾਰੀ ਸਾਰੀ ਕਾਫੀ 'ਚ ਪਾ ਕੇ ਭੇਜੀ ਸਾਡੀ ਟੀਮ ਨੇ ਜਦੋਂ ਅਗਲੀ ਵਾਰੀ ਤੁਸੀਂ ਕੇ ਲਿਖੋਗੇ ਉਹਦੇ ਵਿੱਚ ਚੂਹੇ ਮਾਰ ਦਵਾਈ ਜ਼ਰੂਰ ਪਾਇਓ ਤੁਸੀਂ ਕਿਉਂ ਆਈਡੀਆ ਦੇ ਉਹ ਬਾਹਰੋਂ ਕਹਿ ਰਹੇ ਹੋ ਆਪਾਂ ਤੇ ਪਾਈ ਮਰ ਨਹੀਂ ਡਿਆ ਕਿਉਂਕਿ ਅੱਜ ਕੱਲ੍ਹ ਹਰ ਚੀਜ਼ 'ਚ ਮਿਲਾਵਟ ਸਹੀ ਗੱਲ ਹੈ ਭਾਜੀ ਚੂਹੇ ਮੈਂ ਇੱਕ ਬੜੀ ਵਧੀਆ ਲਾਈਨ ਕਿਤੇ ਪੜ੍ਹੀ ਸੀ ਕਿ ਕੀੜੇ ਮਾਰ ਦਵਾਈ ਲਿਆਂਦੀ ਸੀ ਘਰੇ ਕੀੜੇ ਮਾਰਨ ਲਈ ਅਤੇ ਉਹਨੂੰ ਕੀੜੇ ਪੈ ਗਏ ਬੰਦਿਆਂ 'ਚ ਮਿਲਾਵਟ ਆ ਯਾਰ ਜਿਹੜਾ ਬੰਦਾ ਅੰਕੁਰ ਹੈ ਉਹਦੀ ਈਮੇਲ ਆਈਡੀ ਏਂਜਲ ਪ੍ਰੀਆ ਬਣੀ ਹੋਈ ਹੈ ਸਹੀ ਗੱਲ ਹੈ ਚਲੋ ਜੀ ਫਿਲਹਾਲ ਤੁਸੀਂ ਕਮਾਲ ਦਾ ਇਹ ਟਰੈਕ ਇੰਜੋਏ ਕਰੋ ਵਾਪਸ ਆ ਰਹੇ ਭਾਜੀ ਦੇ ਨਾਲ ਬੜੀ ਮੇਰੀ ਫੇਵਰੇਟ ਗੇਮ ਹੈ ਇੱਕ ਹੋਰ ਖੇਡੀ ਜਾਊਗੀ ਭਾਜੀ ਗੇਮਾਂ ਹੀ ਖੇਡਣੀ ਗੇਮਾਂ ਹੀ ਖੇਡਣੀ ਆ ਭਾਜੀ ਸਵੇਰੇ ਸਵੇਰੇ ਸਪੋਰਟਸ ਦੇ ਵਿੱਚ ਆਪਾਂ ਜਾਣਾ ਚਾਹੀਦਾ ਤੁਹਾਨੂੰ ਨੋਸਟੈਲਜੀਆ 'ਚ ਲੈ ਕੇ ਜਾਵਾਂਗੇ ਤਾਸ਼ ਖੜਾਓ ਮੈਨੂੰ ਜਵਾਰੀ ਬਣੀ ਹੈ ਦੋਨੋਂ ਹਨਾ ਦੋ ਇੱਥੇ ਏ ਸੀ ਉਸੀ ਤੁਸੀਂ ਕਹੋ ਵੀ ਆਹ 5 ਏ ਸੀ 'ਤੇ ਲੱਗੀ ਮੈਂ ਇੱਧਰੋਂ ਮਾਈਕ 'ਤੇ ਕਹਾਂ ਫਿਰ ਬਾਅਦ 'ਚ ਮੋਬਾਈਲ ਕੱਢੀਏ ਉਸ ਤੋਂ ਬਾਅਦ ਤੁਹਾਨੂੰ ਕੱਢਣ ਸੋ ਭਾਜੀ ਹੁਣ ਅੱਗੇ ਤੁਹਾਡੇ ਅਪਕਮਿੰਗ ਸ਼ੋਅਜ਼ ਵਗੈਰਾ ਕੁਛ ਆ ਰਹੇ ਨੇ ਕਿੱਥੇ ਕਿੱਥੇ ਟਰੈਵਲ ਕਰ ਰਹੇ ਹੋ ਟਰੈਵਲ ਮੈਂ ਹੁਣ ਅਪਕਮਿੰਗ ਪ੍ਰੋਜੈਕਟ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਵੀਡੀਓਜ਼ ਨੇ ਯੂਟਿਊਬ 'ਤੇ ਆ ਰਹੀਆਂ ਨੇ ਜਿਹੜੀਆਂ ਮੈਂ ਕੋਸ਼ਿਸ਼ ਕਰਦਾ ਕਿ ਹਰ ਮਹੀਨੇ ਇੱਕ ਵੀਡੀਓ ਮੈਂ ਯੂਟਿਊਬ 'ਤੇ ਐਟਲੀਸਟ ਜ਼ਰੂਰ ਸੁੱਟਾਂ ਸੈਕਿੰਡਲੀ ਮੈਂ ਟੂਰ ਕਰ ਰਿਹਾ ਸਟੈਂਡਅਪ ਮੇਰਾ ਟੂਰ ਜਿਹੜਾ ਪੰਜਾਬ 'ਤੇ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਦੇ ਵਿੱਚ ਹੁਣ ਜੰਮੂ ਆ ਫਿਰ ਉਸ ਤੋਂ ਬਾਅਦ 'ਚ ਦਿੱਲੀ ਆ ਬੰਬੇ ਆ ਹੈਦਰਾਬਾਦ ਹੈ ਰਾਏਪੁਰ ਹੈ ਨਾਗਪੁਰ ਹੈ ਅਤੇ ਅਗਰ ਤੁਸੀਂ ਜਾਂ ਤੁਹਾਡਾ ਕੋਈ ਯਾਰ ਦੋਸਤ ਮਿੱਤਰ
ਉਧਰਲੀ ਸਾਈਡ ਤੇ ਰਹਿੰਦਾ ਪੰਜਾਬ ਤੋਂ ਇਲਾਵਾ ਤੇ ਤੁਸੀਂ ਉਹਨਾਂ ਨੂੰ ਇਨਫੋਰਮ ਕਰੋ ਕਿਉਂਕਿ ਲਾਈਵ ਕਾਮੇਡੀ ਦਾ ਆਪਣਾ ਮਜ਼ਾ ਬਿਲਕੁਲ ਬਿਲਕੁਲ ਤੇ ਫਰੀ ਦੇ ਪਾਸੇ ਨਹੀਂ ਮੰਗਣੇ ਹੈ ਨਹੀਂ ਉਹ ਤਾਂ ਬਿਲਕੁਲ ਨਹੀਂ ਮੰਗਣੇ ਉਹ ਤਾਂ ਕਰਨ ਭਾਈ ਵੀ ਨਹੀਂ ਮੰਗ ਸਕਦੇ ਬਟ ਝੂਠਾ ਜਿਹਾ ਕਹਿਣਾ ਪੈਂਦਾ ਬਟ ਇਹੀ ਆਰਟਿਸਟ ਦੀ ਇਹੀ ਖੂਬਸੂਰਤੀ ਹੁੰਦੀ ਹੈ ਭਾਜੀ ਕਿ ਉਹ ਅਗਲੇ ਬੰਦੇ ਨੂੰ ਕੰਫਰਟੇਬਲ ਕਰੇ ਸਹੀ ਹੈ ਤੇ ਹਰ ਆਰਟਿਸਟ ਨੋਟ ਮੀ ਓਨਲੀ ਹਰ ਆਰਟਿਸਟ ਤੁਸੀਂ ਵੀ ਜਾਂ ਸਾਰੇ ਜਿੰਨੇ ਵੀ ਆਰਟਿਸਟ ਨੇ ਕੋਸ਼ਿਸ਼ ਕਰਦੇ ਕਿ ਆਪਾਂ ਆਪਣੇ ਵਿਊਅਰ ਨੂੰ ਕੰਫਰਟੇਬਲ ਪੂਰਾ ਰੱਖੀਏ ਬਿਲਕੁਲ ਬਿਲਕੁਲ ਐਂਡ ਆਈ ਐਮ ਸ਼ੋਰ ਭਾਜੀ ਸ਼ੋਅ ਦੇ ਵਿੱਚ ਆ ਕੇ ਕੋਸ਼ਿਸ਼ ਤਾਂ ਮੈਂ ਕੀਤੀ ਜਿਹੜਾ ਤੁਹਾਡਾ ਗਰੁੱਪ ਵਿੱਚ ਕੁਝ ਮੈਸੇਜ ਆਊਗਾ ਕਿਹੋ ਜਿਹਾ ਲੱਗਿਆ ਮਤਲਬ ਸ਼ੋਅ ਦੇ ਵਿੱਚ ਆ ਗਿਆ ਸ਼ੋਅ ਮੈਨੂੰ ਬਹੁਤ ਮਜ਼ਾ ਆਇਆ ਮੇਰਾ ਬੜਾ ਮਨ ਸੀ ਕਿ ਮੈਂ ਰੇਡੀਓ ਤੇ ਆ ਕੇ ਕੁਝ ਇਸ ਤਰ੍ਹਾਂ ਦਾ ਸ਼ੋਅ ਕਰਾਂ ਜਿਹੜਾ ਜਿੱਥੇ ਕੋਈ ਬਾਉਂਡਰੀਜ਼ ਨਾ ਹੋਣ ਕੋਈ ਇੱਦਾਂ ਨਾ ਹੋਵੇ ਕਿ ਸ਼ੋਅ ਤੋਂ ਪਹਿਲੇ ਤੁਹਾਨੂੰ ਦੱਸਿਆ ਜਾਏਗਾ ਕਿ ਮੈਂ ਤੁਹਾਨੂੰ ਆਹ ਪੁੱਛੂੰਗਾ ਤਾਂ ਤੁਸੀਂ ਆਹ ਕਹਿ ਦਿਓ ਇਹੋ ਜਿਹੇ ਸ਼ੋਅ ਕਰਨ ਦਾ ਬਿਲਕੁਲ ਮਜ਼ਾ ਨਹੀਂ ਆਉਂਦਾ ਮੈਨੂੰ ਇੱਕ ਮਿੰਟ ਲਈ ਵੀ ਨਹੀਂ ਲੱਗਾ ਕਿ ਮੈਂ ਕਿਸੇ ਆਰਜੇ ਦੇ ਨਾਲ ਬੈਠਾ ਭਲਾ ਇੱਦਾਂ ਹੀ ਹੈ ਕਿ ਆਪਾਂ ਦੋਸਤ ਮਿੱਤਰ ਜਿੱਦਾਂ ਗੱਲਾਂ ਕਰਦੇ ਹਾਂ ਆਪਾਂ ਉਸੇ ਤਰ੍ਹਾਂ ਸ਼ੋਅ ਨੂੰ ਕੀਤਾ ਇਹ ਸ਼ੋਅ ਸੀ ਨਹੀਂ ਨਹੀਂ ਭਾਜੀ ਹੁਣੇ ਤੋਂ ਤੁਸੀਂ ਦੋਸਤ ਮੈਨੂੰ ਕਹੀ ਤਾਂ ਮੈਂ ਤਾਂ ਪੁੱਛਣ ਲੱਗਾ ਸੀ ਉਧਾਰੀ ਮਿਲ ਜੂਗੀ ਤੁਹਾਨੂੰ ਤਾਂ ਕੁਝ ਮਿਲਦੀ ਹੈ ਹਾਂਜੀ ਹਾਂਜੀ ਬਿਲਕੁਲ ਮਿਲ ਜੇਗੀ ਜਲਾਲਤ ਤੁਸੀਂ ਉਧਾਰੀ ਲੈ ਸਕਦੇ ਮੇਰੇ ਕੋਲ ਉਧਾਰੀ ਕੀ ਉਹ ਰੱਖ ਲਓ ਤੁਹਾਡੇ ਕੋਲ ਵਾਪਸ ਨਹੀਂ ਮੰਗਾਂਗੇ ਆਪਾਂ ਕੀ ਬਾਤ ਹੈ ਬਟ ਗਰੁੱਪ ਜਿਹੜਾ ਤੁਹਾਡਾ ਹੈਗਾ ਉਹਦੇ ਵਿੱਚ ਕੀ ਜਾਊਗਾ ਹੁਣ ਮੈਸੇਜ ਜਿਹੜਾ ਤੁਸੀਂ ਦੱਸਿਆ ਜੇ ਤੁਹਾਡੇ ਕਮੇਡੀਅਨਸ ਦਾ ਬਣਿਆ ਜੇ ਭੇਜਣਾ ਹੋਵੇ ਉਹਦੇ ਵਿੱਚ ਕੋਈ ਮੈਸੇਜ ਨਹੀਂ ਜਾਏਗਾ ਨਹੀਂ ਲਿਖੂਗਾ ਮੇਰਾ ਕੁਛ ਨਹੀਂ ਲਿਖੂਗਾ ਨਹੀਂ ਜੇ ਮੈਂ ਵੀ ਉਹਦੇ ਜੁਆਇਨ ਕਰਨਾ ਹੋਵੇ ਤਾਂ ਮੈਨੂੰ ਕੀ ਜ਼ਿੰਦਗੀ 'ਚ ਕਰਨ ਦੀ ਲੋੜ ਹੈ ਜਾਂ ਦੁਬਾਰਾ ਜਨਮ ਲੈਣਾ ਪੈਣਾ ਤੁਹਾਨੂੰ ਨਹੀਂ ਨਹੀਂ ਤੁਸੀਂ ਜੁਆਇਨ ਕਰ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਕਾਮੇਡੀ ਸਟਾਰਟ ਕਰਨੀ ਪੈਣੀ ਸਹੀ ਗੱਲ ਹੈ ਕਿਉਂਕਿ ਕਰ ਨਹੀਂ ਰਿਹਾ ਸੀਗਾ ਮੈਂ ਕਾਮੇਡੀ ਮੇਰੇ ਹਿਸਾਬ ਨਾਲ ਤਾਂ ਬਹੁਤ ਕਮਾਲ ਦੇ ਚੁਟਕਲੇ ਮਾਰੇ ਇਹੀ ਹੈ ਨਾ ਭਾਈ ਤੁਹਾਨੂੰ ਆਪਣੇ ਆਪ 'ਚੋਂ ਬਾਹਰ ਨਿਕਲਣਾ ਪੈਣਾ ਤੁਹਾਨੂੰ ਪਹਿਲੇ ਕਿ ਆਪ ਨਹੀਂ ਕਿ ਆਪ ਹੀ ਬਣਾ ਲਿਆ ਆਪ ਹੀ ਖਾ ਲਿਆ ਅਤੇ ਆਪ ਹੀ ਵਾਹ ਕਿਆ ਬਣਾ ਦਿਆ ਮੈਨੇ ਇਹ 'ਚੋਂ ਬਾਹਰ ਆਓ ਤਾਂ ਕੱਚਾ ਜਿਹਾ ਕਰਤਾ ਹਿਸਾਬ ਤਾਂ ਮੇਰੇ ਮਨ 'ਚ ਤਾਂ ਮੈਨੂੰ ਐਂ ਲੱਗਿਆ ਜਿਹੜੇ ਜਿਹੜੀਆਂ ਮੈਂ ਗੱਲਾਂ ਫਨ ਵਾਲੀਆਂ ਕਹੀਆਂ ਵੀ ਮਨ 'ਚ ਤਾਂ ਚੇਅਰ ਲੀਡਰ ਤੋਂ ਨੱਚ ਗਈਆਂ ਸੀ ਇੰਨੇ ਘੈਂਟ ਜੋਕਸ ਮਾਰੇ ਨੇ ਹਾਂ ਹੁੰਦਾ ਕਈ ਵਾਰੀ ਬੰਦੇ ਨੂੰ ਲੱਗਦਾ ਇਹਨੂੰ ਸਿੰਪਲ ਭਾਸ਼ਾ 'ਚ ਓਵਰ ਕੌਨਫੀਡੈਂਸ ਕਹਿੰਦੇ ਆ ਜੋ ਇਨਸਾਨ 'ਚ ਨਹੀਂ ਹੋਣਾ ਚਾਹੀਦਾ ਤਕਨੀਕੀ ਖਰਾਬੀ ਕਰਕੇ ਇਹ ਗੱਲ ਫੇਰ ਚਲੋ ਜੀ ਅੱਜ ਦਾ ਸ਼ੋਅ ਦੇ ਵਿੱਚ ਭਾਜੀ ਤੁਸੀਂ ਆਏ ਬਹੁਤ ਮਜ਼ਾ ਆਇਆ ਐਂਡ ਆਈ ਐਮ ਸ਼ੋਰ ਤੁਹਾਨੂੰ ਵੀ ਆਇਆ ਹੋਊਗਾ ਬਹੁਤ ਮਜ਼ਾ ਆਇਆ ਜੀ ਮੈਂ ਵਿਊਅਰਸ ਨੂੰ ਤੇ ਕਰਨ ਭਾਈ ਨੂੰ ਕਹਿਣਾ ਅਗਰ ਜਾਣੇ ਅਣਜਾਣੇ 'ਚ ਕੋਈ ਗਲਤ ਗੱਲ ਕਹੀ ਗਈ ਹੋਵੇ ਤੇ ਮਾਫੀ ਮੰਗ ਲਓ ਹੁਣੇ ਮੇਰੇ ਕੋਲੋਂ ਸ਼ੋਅ ਸਾਡਾ ਚੱਕਵੀ ਸਵੇਰ ਦਿਸ ਇਜ਼ ਆਰ ਜੇ ਕਰਨ ਸਾਈਨਿੰਗ ਆਫ ਥੈਂਕ ਯੂ